ਹੈਲੋ ਜੀ, ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ। ਕੌਰ ਸੰਧੂ ਬੁਟੀਕ ਐਂਡ ਬਲੌਗ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ, ਅਸੀਂ ਵੀ ਠੀਕ ਠਾਕ ਹਾਂ ਜੀ। ਲਓ ਜੀ, ਅੱਜ ਜਿਹੜੀ ਵੀਡੀਓ ਸ਼ੇਅਰ ਕਰਨ ਲੱਗੇ ਹਾਂ ਤੁਹਾਡੇ ਨਾਲ, ਨਾ ਆਪਣੇ ਬੁਟੀਕ ਤੋਂ ਕਰਨ ਲੱਗੇ ਹਾਂ, ਕੌਰ ਸੰਧੂ ਬੁਟੀਕ ਐਂਡ ਬਿਊਟੀ ਸਲੂਨ ਧੂਰੀ। ਆਪਣਾ ਸਭ ਤੋਂ ਪਹਿਲਾਂ ਆਪਣਾ ਐਡਰੈਸ ਵੀ ਦੱਸਾਂਗੇ ਜੀ, ਹੈ ਨਾ, ਕਿਉਂਕਿ ਬਹੁਤ ਭੈਣਾਂ ਦੇ ਫਿਰ ਕਮੈਂਟ ਆਉਂਦੇ ਆ ਕਿ ਐਡਰੈਸ ਦੱਸੋ। ਮੈਂ ਜਿਹੜਾ ਹੈਗਾ ਸਮਝਾ ਰਹੀ ਹਾਂ ਤੁਹਾਨੂੰ, ਹੈ ਨਾ, ਸਮਾਰ ਕੇ ਸੁਣਿਓ। ਅਤੇ ਜਿਹੜਾ ਹੈਗਾ ਆਪਣਾ ਕੱਕੜਾਲ ਚੌਂਕ ਬਰਨਾਲਾ ਰੋਡ ਹੈ ਜੀ, ਇਹ ਇੱਥੋਂ ਆਪਣੀ ਸ਼ੋਪ ਨੇੜੇ ਹੀ ਹੈ, ਆਰੀਆ ਮੈਮੋਰੀਅਲ ਇੰਸਟੀਟਿਊਟ ਹੈ ਨਾਲ ਕਾਲਜ ਲਾ ਲਓ, ਅਤੇ ਉਹ ਆਪਣੇ ਨਾਲ ਸਾਹਮਣੇ ਦਸਮੇਸ਼ ਨਗਰ ਦਾ ਜਿਹੜਾ ਹੈਗਾ ਬੋਰਡ ਲੱਗਿਆ ਹੋਇਆ ਗੁਰਦੁਆਰਾ ਸਾਹਿਬ ਦਾ, ਹੈ ਨਾ, ਉਹਦੇ ਬਿਲਕੁਲ ਸਾਹਮਣੇ ਆਪਣੀ ਜਿਹੜੀ ਹੈਗੀ ਸ਼ੋਪ ਹੈ। ਆਪਣਾ ਬੋਰਡ ਬਾਹਰ ਵੀ ਪਿਆ ਹੁੰਦਾ, ਰੋਡ 'ਤੇ ਵੀ ਪਿਆ ਹੁੰਦਾ, ਇੱਕੋ ਆਪਾਂ ਨੂੰ ਜਦੋਂ ਉੱਥੇ ਉਹ ਬੋਰਡ ਦੇਖੋਗੇ ਉਹਦੇ ਸਾਹਮਣੇ ਬੋਰਡ ਆਪਣਾ ਜਿਹੜਾ ਹੈਗਾ ਬੁਟੀਕ ਦੇ ਮੂਹਰੇ ਵੱਡਾ ਬੋਰਡ ਲੱਗਿਆ ਵੀ ਤੁਹਾਨੂੰ ਦਿਖ ਜੂਗਾ, ਕੌਰ ਸੰਧੂ ਬੁਟੀਕ ਐਂਡ ਬਿਊਟੀ ਸਲੂਨ ਧੂਰੀ। ਧੂਰੀ ਦੇ ਵਿੱਚ ਆਪਣਾ ਕੰਮ ਹੈ ਜੀ, ਬਰਨਾਲਾ ਰੋਡ ਹੈਗਾ ਇਹ। ਕਿਸੇ ਵੀ ਮੇਰੀ ਭੈਣ ਭਾਈ ਨੇ, ਹੈ ਨਾ, ਕੱਪੜਾ ਲੈਣ ਆਉਣਾ ਉਹ ਆ ਸਕਦਾ ਜੀ। ਆਪਾਂ ਜਿਹੜੇ ਹੈਗਾ ਸਵੇਰੇ 9:30 ਤੋਂ ਲੈ ਕੇ ਸ਼ਾਮ ਦੇ 5-6 ਵਜੇ ਤੱਕ ਇੱਥੇ ਹੁੰਦੇ ਹਾਂ, ਹੈ ਨਾ। ਤੁਸੀਂ ਫੋਨ ਵਗੈਰਾ ਕਰ ਲਿਓ, ਕਈ ਵਾਰੀ ਅਸੀਂ ਜਲਦੀ ਵੀ ਚਲੇ ਜਾਂਦੇ ਹੁੰਦੇ ਹਾਂ, 5 ਵਜੇ ਤੋਂ ਪਹਿਲਾਂ ਤਾਂ ਜੰਮੀ ਨਹੀਂ ਜਾਂਦੇ ਹੈਗੇ, 5 ਵਜੇ ਤੋਂ ਬਾਅਦ ਹੀ ਜਾਂਦੇ ਹੁੰਦੇ ਹਾਂ। ਅਤੇ ਜੇ ਕਿਸੇ ਨੇ, ਹੈ ਨਾ, ਹੋਲਸੇਲ ਵਾਸਤੇ ਕੱਪੜਾ ਲੈਣਾ ਉਹ ਵੀ ਲੈ ਸਕਦਾ, ਕਿਉਂਕਿ ਬਹੁਤ ਭੈਣਾਂ ਦੇ ਕਮੈਂਟ ਆਉਂਦੇ ਆ, ਹੈ ਨਾ, ਵੀ ਅਸੀਂ ਹੋਲਸੇਲ ਵਾਸਤੇ ਕੱਪੜਾ ਲੈਣਾ, ਤੁਹਾਡੇ ਰੇਟ ਠੀਕ ਆ, ਸਸਤੇ ਆ। ਜੇ ਤੁਸੀਂ ਹੋਲਸੇਲ ਵਾਸਤੇ ਲਵੋਗੇ ਜੀ ਤਾਂ ਆਪਾਂ ਇਸ ਤੋਂ ਘੱਟ ਵੀ ਜਿਹੜਾ ਹੈਗਾ ਰੇਟ ਤੁਹਾਨੂੰ ਲਗਾ ਦਾਂਗੇ। ਅਤੇ ਅੱਜ ਮੈਂ ਤੁਹਾਨੂੰ ਮੋਟੀ ਮੋਟੀ ਜੀ ਵਰਾਇਟੀ ਜਿੱਦਾਂ ਇੱਕ ਝਾਤ ਜੀ ਮਰਵਾਵਾਂਗੇ ਵੀ ਆਪਣੇ ਕੋਲ ਕੀ ਕੀ ਵਰਾਇਟੀ ਆਈ ਹੈ, ਕਿਉਂਕਿ ਕਾਫੀ ਭੈਣਾਂ ਦੇ ਕਮੈਂਟ ਆਉਂਦੇ ਆ, ਹੈ ਨਾ, ਫੋਨ ਵਗੈਰਾ ਆਉਂਦੇ ਆ ਕਿ ਤੁਸੀਂ ਹੁਣ ਵੀਡੀਓ ਨਹੀਂ ਦਿੰਦੇ। ਵੀਡੀਓ ਬਹੁਤ ਘੱਟ ਦਿੰਦੇ ਹਾਂ ਜੀ, ਕਿਉਂਕਿ ਸਿਲਾਈ ਦਾ ਕੰਮ ਹੈ, ਹੈ ਨਾ, ਬਹੁਤ ਜ਼ਿਆਦਾ ਬੁਟੀਕ 'ਤੇ ਰਸ ਹੈ। ਸਟੂਡੈਂਟ ਵੀ ਜਿਹੜਾ ਹੈਗਾ ਕਾਫੀ ਜ਼ਿਆਦਾ ਆਪਣੇ ਕੋਲ, ਸਟੂਡੈਂਟ ਸਿੱਖਣ ਵਾਲੇ ਵੀ ਆ ਰਹੇ ਆ, ਹੈ ਨਾ, ਉੱਧਰ ਵੀ ਜਿਹੜਾ ਹੈਗਾ ਧਿਆਨ ਦੇਣਾ ਹੁੰਦਾ ਸਾਰਾ। ਇਸ ਕਰਕੇ ਅਸੀਂ ਵੀਡੀਓ ਬਹੁਤ ਘੱਟ ਅਪਲੋਡ ਕਰਦੇ ਹਾਂ ਸੂਟਾਂ ਦੀ, ਕੋਈ ਕੋਈ ਕਰਦੇ। ਹੁਣ ਮੈਂ ਤੁਹਾਨੂੰ ਮੋਟੀ ਮੋਟੀ ਜਿਵੇਂ ਆਪਾਂ ਕਹਿੰਦੇ ਝਾਤ ਮਰਵਾਵਾਂਗੇ, ਹੈ ਨਾ, ਵੀ ਆਪਣੇ ਕੋਲ ਕੀ ਕੀ ਵਰਾਇਟੀ ਹੈ, ਕੀ ਕੀ ਰੇਟ ਦੇ ਵਿੱਚ ਹੈ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਸੂਟ ਦਿਖਾਵਾਂਗੀ ਜੀ, ਇਹ ਟੈਬੀ ਜਿਹੜੇ ਹੈਗੇ, ਟੈਬੀ ਲਾਈਨਿੰਗ ਦੇ, ਹੈ ਨਾ, ਕੱਪੜੇ ਹੈਗੇ ਆ, ਮਸਲੀਨ ਦੇ, ਟੈਬੀ ਮਸਲੀਨ ਦੇ ਜਿੱਦਾਂ ਇਹ ਕਹਿ ਦਈਏ। ਅਤੇ ਇਹ ਸੂਟ ਹੈਗੇ ਆ ਪ੍ਰਿੰਟਡ ਕਾਫੀ ਸੂਟ ਹੈਗੇ ਆ ਇਹ, ਤੁਸੀਂ ਇਹਦੇ ਨਾਲ ਦੇ ਕਾਫੀ ਸੂਟ ਤੁਹਾਨੂੰ ਸਾਡੇ ਕੋਲੋਂ ਮਿਲ ਜਾਣਗੇ, ਤੁਸੀਂ ਜਿਹੜੇ ਮਰਜ਼ੀ ਸਾਡੇ ਕੋਲ ਖਰੀਦ ਸਕਦੇ ਹੋ। ਇਹਦਾ ਰੇਟ ਹੈਗਾ ਜੀ 500, ਕਿਉਂਕਿ ਆਪਾਂ ਨੇ ਪਹਿਲਾਂ ਵੀ ਇਹ ਵੀਡੀਓ ਦੇ ਵਿੱਚ ਸੂਟ ਦਿੱਤੇ ਹੋਏ, ਇਹ 500 ਤੋਂ ਸਟਾਰਟਿੰਗ ਹੈਗੇ ਆ। ਅਤੇ ਜਿਹੜਾ ਹੈਗਾ ਇੱਕ ਟਾਈਬੀ ਲੈਨਿੰਗ ਦਾ, ਦੇਖੋ ਇਹ ਵਾਲੇ ਸੂਟ ਆਇਆ, ਅਤੇ ਇਹ ਬਿਲਕੁਲ ਓਰਿਜਿਨਲ ਜਿਹੜਾ ਹੈਗਾ ਟੈਬੀ ਲੈਨਿੰਗ ਵਾਲਾ ਸੂਟ ਹੈਗਾ ਆ, ਮਸਲੀਨ ਦੀ ਬੋਟਮ, ਅਤੇ ਇਹ ਹੈਗਾ ਜੀ 1000 ਰੁਪਏ ਦਾ ਸੂਟ ਹੈ। ਵੈਸੇ ਹਰ ਇੱਕ ਕਿਤੇ ਬਾਜ਼ਾਰ 'ਚ 1500-1600 ਦੇ ਇਹ ਸੂਟ ਤੁਹਾਨੂੰ ਮਿਲਣਗੇ, ਇਹ ਬਿਲਕੁਲ ਓਰਿਜਿਨਲ ਜਿਹੜਾ ਹੈਗਾ ਟੈਬੀ ਦਾ ਸੂਟ ਹੈਗਾ ਜੀ। ਅਤੇ ਆਪਣੇ ਕੋਲ ਇੱਕ ਸੂਟ ਹੈਗੇ ਨੇ ਜੀ, ਇਹ ਵਾਲੇ ਆਪਾਂ ਨੇ ਪਹਿਲਾਂ ਵੀ ਆਪਣੀ ਵੀਡੀਓ 'ਤੇ ਜਿਹੜੇ ਹੈਗੇ ਦਿਖਾਏ ਹੋਏ ਆ ਤੁਹਾਨੂੰ। ਦੇਖੋ ਪੈਨਲ ਵਰਕ ਜਿੱਦਾਂ ਹੋਇਆ ਹੋਇਆ, ਇਹਦੇ ਉੱਪਰ ਘੇਰਾ ਵੀ ਹੋਇਆ ਹੋਇਆ, ਬੋਟਮ ਵਰਕ ਵੀ ਹੋਇਆ ਹੋਇਆ, ਮੋਰੀ ਦਾ ਵਰਕ, ਜਿੱਦਾਂ ਟਾਈ ਐਂਡ ਆਈ ਦਾ ਦੁਪੱਟਾ ਹੈਗਾ। ਇਹ ਸੂਟਾਂ ਦੇ ਕਾਫੀ ਜ਼ਿਆਦਾ ਔਰਡਰ ਸੀਗੇ ਆਪਣੇ ਕੋਲ, ਬਹੁਤ ਜ਼ਿਆਦਾ ਜਿਹੜੇ ਹੈਗੇ ਆਪਣੇ ਕੋਰੀਅਰ ਭੈਣਾਂ ਕੋਲ ਪਹੁੰਚੇ ਆ, ਹੈ ਨਾ, ਅਤੇ ਸਾਰਿਆਂ ਦੇ ਮੈਸੇਜ ਆ ਰਹੇ ਨੇ ਕਿ ਵਧੀਆ ਕੱਪੜਾ ਵਧੀਆ ਹੈਗਾ। ਇਹ 800 ਰੁਪਏ ਦੀ ਰੇਂਜ ਹੈਗੀ ਹੈ ਜੀ, ਇਹ ਵਾਲਾ ਜਿਹੜਾ ਹੈਗਾ 800 ਰੁਪਏ ਦੀ ਰੇਂਜ ਹੈਗੀ ਹੈ। ਇਹ ਆਪਾਂ ਤੁਸੀਂ ਸੇਲ ਵਾਸਤੇ ਸਾਡੇ ਕੋਲ ਲੈ ਸਕਦੇ ਹੋ, ਜੇ ਹੋਲਸੇਲ ਵਾਸਤੇ ਲੈਣਾ ਆਪਾਂ ਜਿੰਨਾ ਕੁ ਹੋ ਸਕੇ, ਹੈ ਨਾ, ਹੋਰ ਵੀ ਮਾਨਤਾ ਕਰਾਂਗੇ। ਵੈਸੇ ਅਸੀਂ ਇਹ 800 ਦਾ ਸੇਲ ਕਰ ਰਹੇ ਹਾਂ। ਅਤੇ ਉਸ ਤੋਂ ਅਗਲਾ ਸੂਟ ਆਪਣੇ ਕੋਲ ਇਹ ਵਾਲੇ ਸੂਟ ਆਏ ਨੇ ਜੀ,
ਦੇਖੋ ਪੈਚ ਵਰਕ ਦੇ ਜਿਹੜੇ ਹੈਗੇ ਸੂਟ ਹੈਗੇ ਆ, ਚੋਕਲੇਟ ਨਿਊ ਚੋਕਲੇਟ ਕੱਪੜਾ ਜਿੱਦਾਂ ਚੱਲਿਆ ਹੋਇਆ ਹੈਗਾ, ਇਹਦੇ ਨਾਲ ਮਸਲੀਨ ਦਾ ਵਰਕ ਵਾਲਾ ਦੁਪੱਟਾ, ਕੋਟਨ ਮਸਲੀਨ ਦਾ ਵਰਕ ਵਾਲਾ ਦੁਪੱਟਾ ਮਿਲੂਗਾ ਜੀ। ਇਹ 'ਚ ਕਲਰ ਜਿਹੜੇ ਹੈਗੇ ਕਾਫੀ ਮਿਲ ਜਾਣਗੇ ਤੁਹਾਨੂੰ, ਦੇਖੋ ਯੈਲੋ ਕਲਰ ਆ ਗਿਆ, ਗ੍ਰੀਨ ਕਲਰ ਆ ਗਿਆ, ਇਹ ਪਰਪਲ। ਅਗਲੇ ਆਪਣੇ ਇਹ ਵਾਲੇ ਸੂਟ ਹੁੰਦੇ ਆ ਜੀ, ਨਾਲ ਵਿੱਚ ਪਿਓਰ ਦਾ ਦੁਪੱਟਾ ਹੁੰਦਾ ਹੈ, ਇਹਨੂੰ ਮੈਚਿੰਗ ਵੀ ਮਿਲਦੀ। ਆਪਣੇ ਕੋਲ ਸੈਮੀ ਪਿਓਰ ਦੇ ਦੁਪੱਟੇ ਅਸੀਂ ਨਹੀਂ ਕਰਦੇ ਜੀ, ਕਿ ਪਿਓਰ ਦੇ ਦੁਪੱਟਾ ਨੂੰ ਕੋਈ ਸੂਟ ਨਹੀਂ ਸਾਡੇ ਕੋਲ ਮਿਲੇਗਾ, ਜਾਂ ਅਸੀਂ ਮਸਲੀਨ ਦੇ ਦੁਪੱਟੇ ਵਾਲਾ, ਜਾਂ ਪਿਓਰ ਦੇ ਦੁਪੱਟੇ ਵਾਲਾ, ਜਾਂ ਜਿੱਦਾਂ ਉੱਪਰ ਰੇਂਜਾਂ ਚਲੀਆਂ ਜਾਂਦੀਆਂ ਨੇ ਉਹ ਜਿਹੜਾ ਮਰਜ਼ੀ ਹੋ ਜੇ। ਹਾਂ ਦੇਖੋ ਇਹ ਪਿਓਰ ਮਸਲੀਨ ਦੇ ਸੂਟ ਹੈਗੇ ਆ, ਦੇਖੋ ਕਿੰਨਾ ਸੋਹਣਾ ਵਰਕ ਹੋਇਆ ਹੋਇਆ। ਇਹਦੇ ਘੇਰੇ ਵਗੈਰਾ ਦਾ ਕੋਈ ਚੱਕਰ ਨਹੀਂ ਹੈਗਾ, ਜੋ ਮਰਜ਼ੀ ਘੇਰਾ ਤੁਸੀਂ, ਜਿਹਦਾ 30-35 ਇੰਚ ਘੇਰਾ ਹੈਗਾ, 32-32 ਲਾਸਟ ਹੈ ਨਾ, 32-33 ਇੰਚ ਘੇਰਾ ਹੁੰਦਾ ਭਾਰੀ ਦਾ, ਇਹਦਾ ਆਰਾਮ ਨਾਲ ਘੇਰਾ ਬਣੂਗਾ। ਇਹਦੇ 'ਚ ਫੁੱਲ ਪਿਓਰ ਦਾ ਦੁਪੱਟਾ ਹੋਊਗਾ, ਆਹ ਦੇਖੋ ਨਾਲ ਦੀ ਨਾਲ ਜਿਹੜਾ ਹੈਗਾ, ਦੇਖੋ ਪਿਓਰ ਦਾ ਦੁਪੱਟਾ, ਮਸਲੀਨ ਦਾ ਸੂਟ ਹੈ। ਸਾਰੇ ਸੂਟ ਦੇ ਵਿੱਚ ਬੁੱਟੀਆਂ ਨੇ, ਆਲ ਓਵਰ ਸੂਟ ਹੈਗਾ। ਇਹਦੇ ਕਲਰ ਮੈਂ ਤੁਹਾਨੂੰ ਦਿਖਾਉਣੀ ਹੈ, ਦੇਖੋ ਮਸਟਰਡ ਕਲਰ ਆ ਗਿਆ, ਜਿੱਦਾਂ ਹੀ ਆ ਗਿਆ ਪਰਪਲ ਜਿਹਾ ਕਲਰ, ਲਾਈਟ ਪਰਪਲ ਜਿਹਾ। ਇਹ ਸੂਟ ਤੁਸੀਂ ਸਾਡੇ ਕੋਲ ਇਹ ਸੂਟ ਵੀ ਖਰੀਦ ਸਕਦੇ ਹੋ ਹੁਣ, ਅਤੇ ਸਾਡੇ ਕੋਲ ਸਾਰੀਆਂ ਰੇਂਜਾਂ ਦੇ ਵਿੱਚ ਸ਼ੁਰੂ ਸੂਟ ਹੁੰਦੇ ਆ, 500 ਤੋਂ ਜਿਹੜਾ ਹੈਗਾ ਰੇਟ ਹੋ ਜਾਂਦਾ ਆਪਣੇ, ਜਿਹੜੇ ਜਿੰਨਾ ਮਰਜ਼ੀ ਤੁਸੀਂ ਮਹਿੰਗਾ ਸੂਟ ਖਰੀਦ ਸਕਦੇ ਹੋ। ਹਾਂ ਦੇਖੋ ਜੀ, ਜਿਹੜੇ ਅਸੀਂ ਖੁਦ ਤਿਆਰ ਕਰਵਾਇਆ ਹੈ ਨਾ, ਪਹਿਲਾਂ ਵੀਡੀਓ 'ਚ ਵੀ ਤੁਹਾਨੂੰ ਦਿਖਾਏ ਸੀਗੇ ਆਪਣੇ ਬੁਟੀਕ ਪੀਸ, ਆਪਣੇ ਇਹ ਵਾਲੇ ਵੀ ਅਸੀਂ ਦੇਖੋ ਬੁਟੀਕ ਪੀਸ ਤਿਆਰ ਕਰਵਾਇਆ, ਇਹ ਬੁਟੀਕ ਪੀਸ ਤਿਆਰ ਕਰਵਾਇਆ, ਪੈਚ ਵਰਕ ਕਰਵਾਇਆ। ਹਾਂ ਦੇਖੋ ਪੈਚ ਵਰਕ ਹੋਇਆ ਹੋਇਆ, ਕਿੰਨਾ ਸੋਹਣਾ ਪੈਚ ਵਰਕ ਹੋਇਆ ਹੋਇਆ। ਇਹ ਸੂਟ ਤੁਸੀਂ ਸਾਡੇ ਕੋਲ 1000 ਰੁਪਏ ਤੋਂ ਸਟਾਰਟ ਕਰਕੇ ਹੈ ਨਾ 1500 ਤੱਕ ਐਂਡ ਰੇਟ ਹੈਗਾ ਆ। ਆਪਾਂ ਦੁਪੱਟਾ ਵੀ ਦਿਖਾਉਂਦੇ ਹਾਂ, ਇਹਦਾ ਦੁਪੱਟਾ ਵੀ ਦਿਖਾਵਾਂਗੇ। ਇਹਦੇ ਕਲਰ ਕਲਰ ਤੁਹਾਨੂੰ ਸਾਡੇ ਕੋਲੋਂ ਸਾਰਿਆਂ 'ਚ ਮਿਲ ਜਾਣਗੇ, ਕਲਰ ਸਾਰਿਆਂ 'ਚ ਮਿਲ ਜਾਣਗੇ। ਇਹ ਵੀ ਆਪਣੇ ਖੁਦ ਆਪਣਾ ਡਿਜ਼ਾਇਨ ਤਿਆਰ ਕਰਵਾਇਆ ਹੋਇਆ ਜੀ, ਪੈਚ ਵਰਕ ਨਾਲ। ਦੇਖੋ ਮਸਲੀਨ ਦਾ ਜਿਹੜਾ ਹੈਗਾ ਇਹਦਾ ਦੁਪੱਟਾ ਹੈਗਾ ਜੀ, ਦੇਖੋ ਕਿੰਨਾ ਸੋਹਣਾ ਕੱਟ ਵਰਕ ਹੋਇਆ ਹੋਇਆ। ਆਹ ਦੇਖੋ ਉੱਪਰ ਤੱਕ ਇਹਦੀ ਲੈਂਥ ਦੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ, ਲੈਂਥ ਜਿੰਨੀ ਮਰਜ਼ੀ ਤੁਸੀਂ ਤਿਆਰ ਕਰ ਸਕਦੇ ਹੋ। ਬਾਕੀ ਖਾਦੀ ਕੋਟਨ ਦਾ ਸੂਟ ਹੈਗਾ, ਦੇਖੋ ਮੈਂ ਚੈੱਕ ਕਰਵਾਵਾਂਗੀ ਨੇੜੇ ਲੱਗ ਕੇ। ਖਾਦੀ ਕੋਟਨ ਦਾ ਸੂਟ ਹੈਗਾ, ਆਲ ਓਵਰ ਸੂਟ ਹੈਗਾ ਆ, ਵਿੱਚ ਜਿਹੜੀਆਂ ਹੈਗੀਆਂ ਕਿੰਨੀਆਂ ਸੋਹਣੀਆਂ ਬੂਟੀਆਂ ਬਣੀਆਂ ਹੋਈਆਂ ਨੇ ਦੋਨੇ ਪਾਸੇ, ਤੁਸੀਂ ਘੇਰਾ ਵੀ ਜਿੰਨਾ ਮਰਜ਼ੀ ਚੌੜਾ ਰਖਵਾ ਸਕਦੇ ਹੋ। ਪੈਚ ਵਰਕ ਹੋਇਆ ਹੋਇਆ, ਦੇਖੋ ਔਰਗੰਜਾ ਲੱਗ ਕੇ ਹੈ ਨਾ, ਪੈਚ ਵਰਕ ਹੋਇਆ ਹੋਇਆ। ਇਹਦੇ ਕਲਰ ਆਪਾਂ ਤੁਹਾਨੂੰ ਦਿਖਾ ਦੇਵਾਂਗੇ, ਦੇਖੋ ਫਰੋਜੀ ਕਲਰ ਆ ਗਿਆ, ਇਹ ਜਿੱਦਾਂ ਪਿੰਕ ਕਲਰ ਆ ਗਿਆ, ਗਾਜਰੀ ਜਿਹਾ ਕਲਰ ਕਹਿ ਦਈਏ ਆਪਾਂ। ਅਤੇ ਇਹ ਵੀ ਇਹਨਾਂ ਦੇ ਦੁਪੱਟੇ ਇੱਦਾਂ ਹੀ ਹੋਣਗੇ ਜਿੱਦਾਂ ਮੈਂ ਤੁਹਾਨੂੰ ਦਿਖਾਇਆ, ਮਸਲੀਨ ਦਾ ਦੁਪੱਟਾ ਹੈਗਾ ਜੀ ਨਾਲ। ਜਿੰਨੀ ਮਰਜ਼ੀ ਰੇਂਜ ਦੇ ਤੁਸੀਂ ਖਰੀਦ ਸਕਦੇ ਹੋ, ਜਿੱਦਾਂ ਅਸੀਂ ਵੀ ਨੈੱਕ ਦੇ ਵਿੱਚ ਹੈ ਨਾ ਪਹਿਲਾਂ ਬਣਵਾਏ ਸੀਗੇ ਸੂਟ, ਉਹ ਆਪਾਂ ਨੇ ਬਣਵਾਇਆ ਸੀਗਾ ਜਿਹੜਾ ਹੈਗਾ ਥਰੈਡ ਵਰਕ, ਅਤੇ ਹੁਣ ਆਪਾਂ ਨੇ ਹੈਂਡ ਵਰਕ 'ਤੇ ਤਿਆਰ ਕਰਵਾਏ। ਆਹ ਦੇਖੋ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ, ਜਿੱਦਾਂ ਹੁਣ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ, ਆਪਣੇ ਹੈਂਡ ਵਰਕ 'ਤੇ ਤਿਆਰ ਕਰਵਾਏ। ਇਹ ਸਾਰੀ ਖਾਦੀ ਆਪਣੇ ਖੁਦ ਤਿਆਰ ਕਰਵਾਏ ਹੋਏ ਸੂਟ ਨੇਗੇ। ਆਹ ਦੇਖੋ ਕਿੰਨਾ ਸੋਹਣਾ ਵੀ ਨੈੱਕ ਬਣਿਆ ਹੋਇਆ, ਨੇੜੇ ਲਾ ਕੇ ਦਿਖਾਵਾਂਗੀ ਮੈਂ। ਦੇਖੋ ਵਿੱਚ ਜਿਹੜਾ ਹੈਗਾ ਕਿੰਨੇ ਸੋਹਣੇ ਪਰਲ ਵਰਕ ਹੋਇਆ ਹੋਇਆ, ਥਰੈਡ ਵਰਕ ਹੋਇਆ ਹੋਇਆ, ਸ਼ਿਪੀ ਦਾ ਕੰਮ ਹੋਇਆ ਹੋਇਆ, ਜਰੀ ਦਾ ਕੰਮ ਹੋਇਆ ਹੋਇਆ, ਬਹੁਤ ਸੋਹਣਾ ਕੰਮ ਹੋਇਆ ਹੋਇਆ, ਉੱਦਾਂ ਹੀ ਘੇਰੇ 'ਤੇ ਹੋਇਆ ਹੋਇਆ। ਆਹ ਦੇਖੋ ਘੇਰੇ 'ਤੇ ਵੀ ਹੋਇਆ ਹੋਇਆ, ਨਾਲ ਜਿਹੜਾ ਹੈਗਾ ਆਹ ਦੇਖੋ ਮੂਰੀਆਂ 'ਤੇ ਵੀ ਹੋਇਆ ਹੋਇਆ। ਚਾਹੇ ਤੁਸੀਂ ਇਹ ਮੂਰੀਆਂ ਬਣਾ ਸਕਦੇ ਹੋ, ਤੁਹਾਡੀ ਚੋਇਸ ਹੈਗੀ, ਤਾਂ ਤੁਸੀਂ ਬਾਜੂ 'ਤੇ ਕਰ ਸਕਦੇ ਹੋ। ਇਹ ਬਹੁਤ ਸੋਹਣੇ ਸੂਟ ਹੈਗੇ ਆ, ਇਹਨਾਂ ਦੇ ਦੁਪੱਟੇ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਇੱਕ ਵਾਰੀ, ਬਹੁਤ ਸੋਹਣੇ ਦੁਪੱਟੇ ਨੇ ਇਹਨਾਂ ਦੇ ਵਿੱਚ, ਮਸਲੀਨ ਦੇ ਦੁਪੱਟੇ ਨੇ, ਗੋਟੇ ਨਾਲ ਤਿਆਰ ਕਰੇ ਹੋਏ ਨੇ।
ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਫੋਰ ਸਾਈਡ ਗੋਟਾ ਲੱਗਿਆ ਹੋਊਗਾ ਜੀ। ਆਹ ਦੇਖੋ ਕਿੰਨਾ, ਦੇਖੋ ਕਿੰਨਾ ਸੋਹਣਾ ਦੁਪੱਟਾ ਹੈ ਫੁੱਲ ਸਾਈਜ਼ ਦਾ, ਜਿਹੜਾ ਹੈਗਾ ਫੋਰ ਸਾਈਡ ਗੋਟੇ ਨਾਲ ਡਿਜ਼ਾਇਨ ਕੀਤਾ ਹੋਇਆ। ਦੇਖੋ ਇੱਧਰ ਕਿੰਨਾ ਸੋਹਣਾ ਕੀਤਾ ਹੋਇਆ, ਪੱਲਿਆਂ ਦੇ ਕੰਮ ਕਿੰਨਾ ਸੋਹਣਾ ਕੀਤਾ ਹੋਇਆ, ਬਹੁਤ ਸੋਹਣੇ ਇਹਦੇ ਕਲਰ ਦੇਖੋ ਜੀ, ਬਹੁਤ ਸੋਹਣੇ ਕਲਰ ਨੇ ਸਾਰੇ ਇਹਦੇ ਕਲਰ, ਸਾਰੇ ਨਵੇਂ ਕਲਰ ਨੇ। ਤੁਸੀਂ ਇੱਕ ਨਾਲ ਦੇ ਕਿੰਨੇ ਕਿੰਨੇ ਮਰਜ਼ੀ ਸੂਟ ਖਰੀਦ ਸਕਦੇ ਹੋ, ਇਹ ਨਹੀਂ ਹੈਗਾ ਵੀ ਤੁਸੀਂ ਤੁਹਾਨੂੰ ਇੱਕ ਨਾਲ ਦਾ ਇੱਕੋ ਹੀ ਮਿਲੂਗਾ, ਇੱਕ ਵਰਕ ਦੇ ਵਿੱਚ। ਆਹ ਦੇਖੋ ਹੈਂਡ ਵਰਕ ਦੇ ਵਿੱਚ, ਜਿੱਦਾਂ ਵਿਆਹਾਂ ਸੀਜ਼ਨ, ਵਿਆਹਾਂ ਸ਼ਾਦੀਆਂ ਦਾ ਸੀਜ਼ਨ ਚੱਲ ਰਿਹਾ ਹੈ ਨਾ, ਤੁਸੀਂ ਉੱਦਾਂ ਜਿਹੜੇ ਹੈਗੇ ਇਹ ਸੂਟ ਪਾ ਸਕਦੇ ਹੋ। ਹੁਣ ਆਪਾਂ ਥੋੜ੍ਹਾ ਜਿਹਾ ਹੋਰ ਸੂਟ ਦਿਖਾਉਂਦੇ ਹਾਂ ਤੁਹਾਨੂੰ। ਆਹ ਦੇਖੋ ਆਹ ਸੂਟ ਜਿੱਦਾਂ ਆਪਣੇ ਵੀਡੀਓ 'ਤੇ ਹੈ ਨਾ, ਜਦੋਂ ਸਾਡੇ ਕੋਲ ਪੇਮੈਂਟ ਆ ਵੀ ਸਾਨੂੰ ਕੋਈ ਚੱਕਰ ਨਹੀਂ ਹੈਗਾ। ਇਹ ਸੂਟ ਦੋ ਪੈਚ ਵਰਕ ਦੇ ਦੇਖੋ ਅਸੀਂ ਅਲੱਗ ਕੱਢੇ ਆ, ਇਹ ਕਿਸੇ ਨੇ ਕਢਵਾਏ ਹੋਏ ਆ ਪਹਿਲਾਂ, ਤੁਸੀਂ ਵੀਡੀਓ 'ਚ ਵੀ ਦੇਖੇ ਹੋਣਗੇ ਇਹ ਸੂਟ ਵੀ, ਇਹ ਅਲੱਗ ਕੱਢ ਕੇ ਧਰੇ ਹੋਏ ਆ, ਇਹ ਆਪਣੇ ਕਸਟਮਰ ਹੈਗੇ ਆ ਪੱਕੇ, ਉਹਨਾਂ ਨੇ ਜਿਹੜੇ ਹੈਗੇ ਇਹ ਸੂਟ ਕਢਵਾਏ ਆ, ਅਤੇ ਉਹ ਲੈ ਜਾਣਗੇ ਆ ਕੇ। ਅਤੇ ਅਗਲੇ ਆਪਣੇ ਕੋਲ ਦੇਖੋ ਕਿੰਨਾ ਸੋਹਣਾ ਸੂਟ ਹੈ, ਪਿਓਰ ਟੈਬੀ ਲਾਈਨਿੰਗ, ਪਿਓਰ ਟੈਬੀ ਲਾਈਨਿੰਗ ਦਾ ਸੂਟ ਹੈਗਾ ਜੀ। ਆਹ ਦੇਖੋ ਕਿੰਨਾ ਜ਼ਿਆਦਾ ਸੋਹਣਾ, ਆਫ ਵਾਈਟ ਦਾ ਜਿਹੜਾ ਹੈਗਾ ਸ਼ਰਟ ਹੈਗੀ ਹੈ, ਇਹਦੇ ਬੋਟਮ ਦੇ ਜਿਹੜੇ ਹੈਗੇ ਕਲਰ ਬਦਲੇ ਜਾਣਗੇ ਜੀ ਸਲਵਾਰ ਦੇ। ਇਹਦੀ ਸਲਵਾਰ ਹੈਗੀ ਹੈ ਚਨੂਨ ਦੀ, ਚਨੂਨ ਦੀ ਨਾਲ ਸਲਵਾਰ ਲੱਗੀ ਹੋਈ ਹੈ, ਚਨੂਨ ਦਾ ਹੀ ਦੁਪੱਟਾ। ਆਹ ਦੇਖੋ ਵਿੱਚ ਬੁੱਟੀ ਫੋਰ ਸਾਈਡ ਜਿੱਦਾਂ ਵਰਕ ਹੋਇਆ ਹੋਇਆ, ਆਹ ਦੇਖੋ ਇੱਦਾਂ ਵਰਕ ਹੋਇਆ ਹੋਇਆ, ਕੰਨੀਆਂ ਦੇ ਉੱਪਰ ਵਿੱਚ ਛੋਟੀਆਂ ਛੋਟੀਆਂ ਬੂਟੀਆਂ ਨੇਗੀਆਂ। ਆਹ ਦੇਖੋ ਕਿੰਨੇ ਸੋਹਣੇ ਜਿਹੜੇ ਹੈਗੇ ਸੂਟ ਹੈਗੇ ਆ, ਇਹਦੇ ਕਲਰ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ, ਇੱਕ ਇਹ ਵਾਲਾ ਕਲਰ ਹੈ ਇਹਦੇ ਵਿੱਚ, ਆਹ ਦੇਖੋ ਇੱਕ ਇਹ ਵਾਲਾ, ਇਹਦੇ ਵਿੱਚ ਜਿੱਦਾਂ ਪਿੰਕ ਜਿਹਾ ਆ ਗਿਆ, ਇਹਦੇ 'ਚ ਪੀਚ ਜਿਹਾ ਆ ਗਿਆ, ਥੋੜ੍ਹਾ ਹੀ ਫਰਕ ਹੈ, ਇੱਕ 'ਚ ਇਹ 'ਚ ਪੀਚ ਜਿਹਾ, ਇਹ 'ਚ ਪੀਚ ਜਿਹਾ ਆ ਗਿਆ, ਇਹ 'ਚ ਪਿੰਕ ਜਿਹਾ ਆ ਗਿਆ। ਬਹੁਤ ਸੋਹਣੇ ਸੂਟ ਹੈਗੇ ਆ, ਇਹ ਵੀ ਕਲਰ ਜਿਹੜੇ ਹੈਗੇ ਤੁਸੀਂ ਜਿਵੇਂ ਮਰਜ਼ੀ ਖਰੀਦ ਸਕਦੇ ਹੋ। ਇਹ ਬਹੁਤ ਜ਼ਿਆਦਾ ਮਹਿੰਗੇ ਸੂਟ ਮਿਲਦੇ ਆ ਜੀ, ਜੇ ਆਪਾਂ ਆਮ ਹੈ ਨਾ ਦੁਕਾਨਾਂ ਤੋਂ ਲੈਂਦੇ ਹਾਂ, ਸਾਡੇ ਕੋਲ ਤੁਹਾਨੂੰ ਬਿਲਕੁਲ ਸਸਤੇ ਰੇਟ ਮਿਲਣਗੇ, ਤੁਸੀਂ ਜਦੋਂ ਮਰਜ਼ੀ ਆ ਕੇ ਸਾਡੇ ਕੋਲੋਂ ਇਹ ਸੂਟ ਖਰੀਦ ਸਕਦੇ ਹੋ। ਅਤੇ ਆਪਣੇ ਕੋਲ ਜਿਹੜਾ ਪਿਓਰ ਕੋਟੇ ਦਾ ਓਰਿਜਨਲ ਦੁਪੱਟਾ ਜੀ, ਵਾਈਟ ਕਲਰ ਦਾ, ਤੁਸੀਂ ਜਿੱਦਾਂ ਮਰਜ਼ੀ ਡਾਈ ਵਗੈਰਾ ਕਰਾ ਸਕਦੇ ਹੋ। ਆਹ ਦੇਖੋ, ਆਹ ਦੇਖੋ ਮੈਂ ਨੇੜੇ ਲਾ ਕੇ ਦਿਖਾ ਦਾਂਗੀ ਕੈਮਰਾ ਹੈ ਨਾ, ਪਿਓਰ ਓਰਿਜਨਲ ਕੋਟੇ ਦਾ ਦੁਪੱਟਾ ਲੈ ਸਕਦੇ ਹੋ ਤੁਸੀਂ ਸਾਡੇ ਕੋਲ 200 ਰੁਪਏ ਦਾ, 200 ਰੁਪਏ ਦਾ ਮਿਲ ਜੂਗਾ ਜੀ। ਇਹ ਦੇਖੋ ਇਹ ਜਿਹੜਾ ਟੈਬੀ ਦੇ ਦੁਪੱਟੇ ਆ ਗਏ ਜੀ, ਇਹ ਵਾਲੇ ਆਪਣੇ ਕੋਲ ਟੈਬੀ ਦੇ ਦੁਪੱਟੇ ਆ ਗਏ, ਇਹ ਚੈੱਕ 'ਚ ਵੀ ਆਉਂਦੇ ਆ ਅਤੇ ਦੇਖੋ ਲਾਈਨਿੰਗ 'ਚ ਵੀ ਆਉਂਦੇ ਆ। ਇਹਦੇ ਨਾਲ ਤਾਂ ਤੁਸੀਂ ਜਿੰਨੇ ਮਰਜ਼ੀ ਦੁਪੱਟੇ ਸਾਡੇ ਕੋਲੋਂ ਲੈ ਸਕਦੇ ਹੋ। ਇਹ ਮੈਂ ਡਾਈ ਵਾਸਤੇ ਭੇਜਣੇ, ਹੁਣ ਮੈਂ ਕਟਿੰਗ ਕਰੇ ਸੀਗੇ, ਨਾਲੇ ਕੋਟਾਂ ਦੇ ਦੁਪੱਟੇ ਅਤੇ ਨਾਲੇ ਇਹ ਵਾਲੇ ਦੁਪੱਟੇ। ਬਾਕੀ ਟਾਪਟਾ ਸਾਡੇ ਕੋਲ ਜਿਹੜਾ ਹੈਗਾ ਵਾਈਟ ਕਲਰ ਦਾ ਟਾਪਟਾ ਵੀ ਲੈ ਸਕਦੇ ਹੋ ਤੁਸੀਂ। ਬਾਕੀ ਆਪਣੇ ਕੋਲ ਜਿਹੜਾ ਹੈਗਾ ਦੇਖੋ ਅਸੀਂ ਕਲਰ ਵੀ ਕਰਵਾ ਲੈਂਦੇ ਹੁੰਦੇ ਹਾਂ, ਕਿਉਂਕਿ ਸਾਰੇ ਕਲਰ ਅੱਜ ਕੱਲ੍ਹ ਚੱਲਦੇ ਰਹਿੰਦੇ ਨੇ, ਮੇਨ ਮੇਨ ਕਲਰ ਮੈਂ ਕਰਵਾ ਕੇ ਵੀ ਰੱਖਦੀ ਹਾਂ, ਕਈ ਵਾਰ ਇਹ ਹੁੰਦਾ ਵੀ ਜਲਦੀ 'ਚ ਕਿਸੇ ਦਾ ਸੂਟ ਦੇਣਾ ਪੈ ਜੀ, ਵੈਸੇ ਵੀ ਜੇ ਅਗਲਾ ਟਾਪਟਾ ਵਗੈਰਾ ਕਹਿ ਦਿੰਦਾ ਵੀ ਇੱਥੋਂ ਹੀ ਲਾ ਦਿਓ ਤੁਸੀਂ ਹੈ ਨਾ, ਅਤੇ ਫਿਰ ਮੈਂ ਕਈ ਕਈ ਕਲਰ ਕਰਵਾ ਕੇ ਵੀ ਰੱਖਦੀ ਹਾਂ। ਹੁਣ ਵੀ ਮੈਂ ਪਰਪਲ ਕਲਰ ਦਾ ਸੂਟ ਬਣਾ ਰਹੀ ਸੀ,
ਉਹ ਮੇਰਾ ਡਾਈ ਕਰਵਾਇਆ ਹੋਇਆ ਸੀਗਾ ਟਾਪਟਾ, ਉਹਨਾਂ ਨੂੰ ਐਮਰਜੈਂਸੀ ਸੂਟ ਚਾਹੀਦਾ ਸੀਗਾ ਕਿਉਂਕਿ ਸਰਦੀਆਂ ਦੇ ਵਿੱਚ ਤਾਂ ਹਰ ਕੋਈ ਟਾਪਟਾ ਹੀ ਲਗਾਉਂਦਾ, ਬਾਕੀ ਆਪਣੇ ਕੋਲ ਵਾਈਟ ਕਲਰ ਦਾ ਹੁੰਦਾ, ਵਾਈਟ ਹੁੰਦਾ, ਜਿਹੜਾ ਮਰਜ਼ੀ ਕਲਰ ਤੁਸੀਂ ਡਾਈ ਕਰਵਾ ਸਕਦੇ ਹੋ, ਆਪਣੇ ਕੋਲ ਇਹ ਵਾਲਾ ਟਾਪਟਾ ਮਿਲ ਜਾਂਦਾ। ਤੁਸੀਂ ਇਹਦੇ 'ਚ ਦੋ ਤਿੰਨ ਰੇਟ ਚਾਹੁੰਦਾ, ਅਸੀਂ ਤਾਂ ਵਧੀਆ ਹੀ ਰੱਖਦੇ ਹਾਂ, ਤੁਸੀਂ ਜਿਹੜਾ ਮਰਜ਼ੀ ਖਰੀਦ ਸਕਦੇ ਹੋ, ਹੈ ਨਾ, ਕਿਉਂਕਿ ਇਹ ਹੁੰਦਾ ਜੀ ਅਗਲੇ ਦੇ ਮਹਿੰਗੇ ਸੂਟਾਂ ਦੇ ਵਿੱਚ ਲੱਗਦਾ, ਹੈ ਨਾ, ਮੈਂ ਤੋਂ ਜਿਹੜੀ ਹੈਗੀ ਹਲਕੀ ਨਹੀਂ ਲਾਇਆ ਜਾਂਦਾ, ਹਲਕਾ ਜਿਹਾ। ਅਤੇ ਬਾਕੀ ਆਪਣੇ ਕੋਲ ਇਹ ਵਾਲੇ ਸੂਟ ਆਏ ਨੇ, ਦੇਖੋ ਇਹਦੇ ਨਾਲ ਦੇ ਆਪਾਂ ਪਹਿਲਾਂ ਵੀ ਬਹੁਤ ਜ਼ਿਆਦਾ ਸੇਲ ਕਰ ਚੁੱਕੇ, ਜਿੱਦਾਂ ਮੈਂ ਤੁਹਾਨੂੰ ਇਹ ਦਿਖਾਇਆ ਟੈਬੀ ਲੈਨਿੰਗ, ਹੈ ਨਾ, ਇਸ ਤਰ੍ਹਾਂ ਹੀ ਇਹ ਹੈ, ਜਿੱਦਾਂ ਇਹ ਥੋੜ੍ਹਾ ਜਿਹਾ ਆ ਗਿਆ, ਹੈ ਨਾ, ਜਿਵੇਂ ਅੱਧੀ ਕੁ ਉਮਰ ਦੇ ਪਾਉਣ ਵਾਲਿਆਂ ਦਾ, ਆਹ ਵਧੀਆ ਜਿਵੇਂ ਕੁੜੀਆਂ ਕੱਤਰੀਆਂ ਦੇ ਪਾਉਣ ਵਾਲਾ ਆ ਗਿਆ, ਇਹ ਵੀ ਪੈਚ ਵਰਕ ਹੈ। ਇਹਦੇ ਨਾਲ ਦੇ ਆਪਾਂ ਬਹੁਤ ਹੀ ਜ਼ਿਆਦਾ ਸੂਟ ਸੇਲ ਕਰ ਚੁੱਕੇ ਹਾਂ, ਇਹਨਾਂ ਦੀ ਬਹੁਤ ਜ਼ਿਆਦਾ ਮੰਗ ਸੀਗੀ। ਇਹ ਮੇਰੇ ਕੋਲ ਦੋ ਕੁ ਸੂਟ ਹੀ ਬਚੇ ਨੇ, ਅਸੀਂ ਹੋਰ ਲਿਖਵਾਏ ਹੋਏ ਆ ਇਹ, ਅਤੇ ਜੇ ਸਾਡੇ ਵਾਸਤੇ ਹੋਰ ਮੰਗਵਾ ਕੇ ਦਿਓ। ਇਹ ਸੂਟ ਬਹੁਤ ਜ਼ਿਆਦਾ ਜਿਹੜਾ ਹੈਗਾ ਸੇਲ ਹੋ ਰਿਹਾ। ਇੱਕ ਆਪਣੇ ਕੋਲ ਆਇਆ ਚੱਲ ਇਹ ਵਾਲਾ ਕੱਪੜਾ ਜੀ, ਇਹ ਜਿੱਦਾਂ ਹੁਣ ਸਰਦੀਆਂ ਦੇ ਵਿੱਚ ਬਹੁਤ ਜ਼ਿਆਦਾ ਚੱਲੂਗਾ। ਮੈਂ 5 ਕੁ ਸੂਟ ਮੰਗਵਾਏ ਸੀਗੇ ਉਹਨਾਂ ਤੋਂ, 3 ਸੂਟ ਆਪਣੇ ਸੇਲ ਵੀ ਹੋ ਗਏ, ਜਿਹੜਾ ਰਾਤ ਹੀ ਇਹ ਸੂਟ ਆਏ ਸੀਗੇ, ਅੱਜ ਸਵੇਰੇ 3 ਸੂਟ ਆਪਣੇ ਸੇਲ ਵੀ ਹੋ ਗਏ। ਇਹ 2 ਹੀ ਕਲਰ ਬਚੇ ਆ ਸਾਡੇ ਕੋਲ, ਇਹ ਨਾਭੀ ਕਲਰ ਹੈਗਾ, ਇਹ ਪੀਲਾ, ਜੈਲੋ ਅਤੇ ਮਹਿਰੂਨ ਹੈਗੇ ਆ, ਅਤੇ ਬਹੁਤ ਸੋਹਣਾ। ਇਹਦੇ ਨਾਲ ਤੁਸੀਂ ਸਾਫ ਸਲਵਾਰਾਂ ਵੀ ਬਣਵਾ ਸਕਦੇ ਹੋ, ਹੈ ਨਾ, ਜਿੱਦਾਂ ਪੂਰਾ ਸੂਟ ਲੈ ਕੇ 2 ਜਣੇ ਕਮੀਜ਼ ਬਣਾ ਕੇ, ਹੈ ਨਾ, ਨਾਲ ਸਾਫ ਸਲਵਾਰਾਂ ਬਹੁਤ ਜ਼ਿਆਦਾ ਸੋਹਣੀਆਂ ਲੱਗਦੀਆਂ ਨੇ, ਜਾਗੋ ਵਗੈਰਾ 'ਤੇ ਜਾਂ ਵਿਆਹ ਦੇ ਵਿੱਚ ਇਹ ਸੂਟ ਬਹੁਤ ਸੋਹਣੇ ਲੱਗਦੇ ਨੇ। ਅਤੇ ਬਰੋਕਟ ਦੇ ਓਰਿਜਿਨਲ ਬਰੋਕਟ ਦੇ ਸੂਟ ਹੈਗੇ ਆ ਜੀ ਇਹ, ਅਤੇ ਇਹ ਵੀ ਤੁਸੀਂ ਲੈ ਸਕਦੇ ਹੋ। ਬਾਕੀ ਆਪਣੇ ਕੋਲ ਹੁੰਦਾ ਜੀ ਹਰ ਇੱਕ ਤਰ੍ਹਾਂ ਦਾ ਚਿੱਟਾ ਕੱਪੜਾ, ਜਿਹੜਾ ਹੁਣ ਜਿੱਦਾਂ ਹੁਣ ਚੌਦੇ ਦੀ ਰੋਟੀ ਵਗੈਰਾ ਚੱਲ ਪਊ, ਹੈ ਨਾ, ਚੌਦੇ ਦੀ ਰੋਟੀ 'ਤੇ ਮੱਥਾ ਟੇਕ ਕੇ ਦੇਣੇ ਹੁੰਦੇ ਆ, ਉਸ ਤੋਂ ਬਾਅਦ ਦੁਸਹਿਰੇ ਦੇ, ਹੈ ਨਾ, ਜਾਂ ਦਿਵਾਲੀ 'ਤੇ। ਆਪਣੇ ਕੋਲ ਜਿਹੜਾ ਹੈਗਾ 200 ਤੋਂ ਸ਼ੁਰੂ ਹੋ ਜਾਂਦਾ ਜੀ ਇਹ ਸੂਟ ਵਾਈਟ ਕਲਰ ਦਾ, ਹੈ ਨਾ, ਜਿੱਦਾਂ ਰੋਟੀ ਖਵਾ ਕੇ ਕਿਸੇ ਨੇ ਦੇਣਾ, 200 ਦਾ ਵੀ ਹੈਗਾ, 250 ਦਾ ਵੀ ਹੈਗਾ, 300 ਦਾ ਵੀ ਹੈਗਾ, 350 ਦਾ ਵੀ ਹੈਗਾ, ਇਹਦੋਂ ਉੱਪਰ ਵੀ ਹੈਗੇ ਨੇ ਜੇ ਤੁਸੀਂ ਲੈ ਕੋਈ ਵਿੱਚ ਵਧੀਆ ਦਿੰਦਾ। ਵੈਸੇ ਜਿਹੜਾ ਨੋਰਮਲੀ ਰੇਟ ਹੈ 250-300 ਵਾਲਾ ਹੀ ਚੱਲਦਾ ਜੀ। ਆਪਣੇ ਕੋਲ ਇਹ ਚੈੱਕ ਵਾਲੇ ਪਰਨੇ ਵੀ ਹੁੰਦੇ ਆ, ਜਿੱਦਾਂ ਚੌਦੇ ਦੀ ਰੋਟੀ ਖਵਾ ਕੇ ਬਹੁਤ ਜਾਣੇ ਸੂਟਾਂ ਦੇ ਨਾਲ ਜਾਂ ਇਹ ਚੈੱਕ ਵਾਲਾ ਪਰਨਾ ਲਾ ਕੇ ਦਿੰਦੇ ਆ, ਹੈ ਨਾ, ਇਹ ਆਪਣੇ ਕੋਲ ਸਾਰੇ ਤਰ੍ਹਾਂ ਦੇ ਰੇਟ ਵਾਲੇ ਮਿਲ ਜਾਣਗੇ। ਤੁਸੀਂ ਚਿੱਟੇ ਜਿਹੜੇ ਹੈਗੇ ਪੱਗਾਂ ਵਾਲੇ ਵੀ, ਪੱਗਾਂ ਜਾਂ ਪਰਨਿਆਂ ਵਾਸਤੇ ਵੀ ਖਰੀਦ ਸਕਦੇ ਹੋ। ਬਾਕੀ ਆਪਣੇ ਕੋਲ ਪੱਗਾਂ ਪਰਨਿਆਂ ਦੇ ਹਰ ਇੱਕ ਕਲਰ ਹੁੰਦੇ ਆ, ਜਿੱਦਾਂ ਅਸੀਂ ਵਧੀਆ ਵਾਲੀ ਵਰਤਦੇ ਹਾਂ, ਲੈਨਿੰਗ ਵਗੈਰਾ ਜਿਹੜਾ ਹੈਗਾ ਅਸੀਂ ਵਰਤਦੇ ਹਾਂ ਇਹਦੀ ਹੋਈ, ਜਿੱਦਾਂ ਕਿਸੇ ਦੀ ਬੋਟਮ 'ਚ, ਹੈ ਨਾ, ਜਾਂ ਸਲਵਾਰ ਕਮੀਜ਼ 'ਚ ਟਾਪਟਾ ਲੱਗ ਗਿਆ, ਸਲਵਾਰ ਦੇ ਵਿੱਚ ਇਹ ਸਿੰਪਲ ਲੈਨਿੰਗ ਵੀ ਲੱਗ ਜਾਂਦੀ ਹੈ। ਆਪਣੇ ਕੋਲ ਹਰ ਇੱਕ ਕਲਰ ਹੁੰਦੇ ਨੇ, ਪੱਗਾਂ ਵਾਲੇ ਹੁੰਦੇ ਨੇ, ਅਸੀਂ ਉਹੀ ਲੈਨਿੰਗ 'ਚ ਵਰਤਦੇ ਹਾਂ। ਜਿਹੜੀ ਹੈਗੀ ਹਲਕੀ ਬੈਲ ਅਸੀਂ ਨਹੀਂ ਵਰਤਦੇ ਜੀ, ਕਿਉਂਕਿ ਉਹਦੇ ਵਿੱਚ ਧੋਤੇ ਧੋਤੇ ਕਾਣ ਪੈ ਜਾਂਦਾ, ਇੰਨਾ ਮਹਿੰਗਾ ਸੂਟ ਹੁੰਦਾ, ਆਪਾਂ ਹੈ ਨਾ ਭੈਣਾਂ 100-150 ਰੁਪਏ ਪਿੱਛੇ ਲੈਨਿੰਗ ਮਾੜੀ ਲਵਾ ਲੈਂਦੀਆਂ ਨੇ। ਮੈਂ ਤਾਂ ਹਰ ਇੱਕ ਨੂੰ ਇਹੀ ਰਹਿ ਦਿੰਦੀ ਹੁੰਦੀ ਹਾਂ ਵੀ ਜਦੋਂ ਤੁਸੀਂ ਇੰਨਾ ਮਹਿੰਗਾ ਸੂਟ ਖਰੀਦ ਲਿਆ, ਲੈਨਿੰਗ ਦੇ 50 ਰੁਪਏ ਨਾਲ ਕੋਈ ਫਰਕ ਨਹੀਂ ਪੈਂਦਾ, ਤੁਸੀਂ ਲੈਨਿੰਗ ਵਧੀਆ ਲਾਇਆ ਕਰੋ। ਕਿਉਂਕਿ ਕਈ ਵਾਰੀ ਜਦੋਂ ਕੋਈ ਆਪਦੀ ਲੈਨਿੰਗ ਦੇ ਜਾਂਦਾ, ਅਸੀਂ ਚੈੱਕ ਕਰਕੇ ਦੇਖਿਆ, ਮੈਂ ਹਰ ਇੱਕ ਦੇ ਲੈਨਿੰਗ ਧੋ ਕੇ ਲਾਉਣੀ ਆ, ਕਾਣ ਪੈ ਜਾਂਦਾ ਉਹਦੇ ਵਿੱਚ, ਨਾਲ ਦੀ ਨਾਲ ਕਾਣ ਪੈ ਜਾਂਦਾ, ਕਿਉਂਕਿ ਉਹ 40 ਰੁਪਏ ਮੀਟਰ ਮਿਲ ਜਾਂਦੀ ਹੈ ਜੀ, ਹੈ ਨਾ, ਨੋਰਮਲੀ ਮਿਲ ਜਾਂਦੀ ਹੈ 40 ਰੁਪਏ ਮੀਟਰ। ਅਸੀਂ ਉਹ ਵਾਲੀ ਲੈਨਿੰਗ ਨਹੀਂ ਵਰਤਦੇ ਜੀ, ਆਪਾਂ ਜਿਹੜਾ ਹੈਗਾ ਹਰ ਇੱਕ ਕੰਮ ਵਧੀਆ ਹੀ ਕਰਦੇ ਹਾਂ। ਚਲੋ ਜੀ, ਆਪਾਂ ਇੱਕ ਵਾਰੀ ਆਪਣਾ ਐਡਰੈਸ ਫਿਰ ਦੱਸ ਦਿੰਦੇ ਹਾਂ। ਆਪਣਾ ਜਿਹੜਾ ਹੈਗਾ ਬਰਨਾਲਾ ਰੋਡ, ਕੱਕੜਵਾਲ ਚੌਂਕ, ਦਸਮੇਸ਼ ਨਗਰ ਦਾ ਗੇਟ ਆ, ਉਹਦੇ ਬਿਲਕੁਲ ਸਾਹਮਣੇ ਕੌਰ ਸੰਧੂ ਬੁਟੀਕ ਐਂਡ ਬਿਊਟੀ ਸਲੂਨ, ਧੂਰੀ ਦੇ ਵਿੱਚ ਆਪਣਾ ਇਹ ਹੈਗਾ ਜੀ। ਤੁਸੀਂ ਜੇ ਕਿਸੇ ਨੇ ਸਿਲਾਈ ਵਗੈਰਾ ਸਿੱਖਣੀ ਹੈ, ਜਾਂ ਕੋਈ ਬਿਊਟੀਸ਼ੀਅਨ ਦੇ ਕੋਰਸ ਕਰਨੇ ਨੇ, ਹੈ ਨਾ, ਜਾਂ ਤੁਸੀਂ ਵਧੀਆ ਵਧੀਆ ਸੂਟ ਸਿਲਾਈ ਕਰਵਾਉਣੇ ਆ, ਤੁਸੀਂ ਸਾਡੇ ਕੋਲ ਆ ਕੇ ਸਾਨੂੰ ਮਿਲ ਸਕਦੇ ਹੋ, ਹੈ ਨਾ। ਅਸੀਂ ਉੱਪਰ ਆਪਣਾ ਨੰਬਰ ਦੇ
ਬਾਕੀ ਤੁਸੀਂ ਕਿਹੋ ਜਿਹੀ ਤਰ੍ਹਾਂ ਦੀ ਸਿਲਾਈ ਸਿੱਖਣਾ ਚਾਹੁੰਦੇ ਹੋ ਨਾ, ਸਿਲਾਈ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਜਿੱਦਾਂ ਸਲੂਨ 'ਚ ਕੰਮ ਕਰਵਾਉਣਾ ਚਾਹੁੰਦੇ ਹੋ ਨਾ, ਆਪਣੇ ਬਿਲਕੁਲ ਘੱਟ ਰੇਟ ਰੱਖੇ ਹੋਏ ਆ ਜੀ, ਅਤੇ ਤੁਸੀਂ ਜਦੋਂ ਮਰਜ਼ੀ ਆ ਕੇ ਸਾਨੂੰ ਮਿਲ ਸਕਦੇ ਹੋ। ਧੂਰੀ ਦੇ ਵਿੱਚ ਆਪਣਾ ਜਿਹੜਾ ਹੈਗਾ ਆ ਬੁਟੀਕ ਅਤੇ ਸਲੂਨ, ਤੁਸੀਂ ਜਦੋਂ ਮਰਜ਼ੀ ਆ ਕੇ ਮਿਲੋ, ਕਿਉਂਕਿ ਬਹੁਤ ਭੈਣਾਂ ਬਹੁਤ ਸਾਰਾ ਪਿਆਰ ਦਿੰਦੀਆਂ ਨੇ, ਬਹੁਤ ਭੈਣਾਂ ਮਿਲਣ ਆ ਰਹੀਆਂ ਨੇ, ਬਹੁਤ ਭੈਣਾਂ ਦੇ ਫੋਨ ਆ ਰਹੇ ਨੇ ਵੀ ਅਸੀਂ ਆਵਾਂਗੇ, ਕਿਉਂਕਿ ਹੁਣ ਵਿਆਹਾਂ ਦਾ ਸੀਜ਼ਨ ਸਟਾਰਟ ਹੋ ਜਾਣਾ ਹੈ ਨਾ, ਮੈਰਿਜ ਸੀਜ਼ਨ ਸਟਾਰਟ ਹੋ ਜੂਗਾ। ਆਪਣੇ ਕੋਲ ਜਿਹੜਾ ਤੁਸੀਂ ਬਾਹਰੋਂ 50,000 'ਚ ਕੱਪੜਾ ਖਰੀਦੋਗੇ, ਆਪਣੇ ਕੋਲ 25,000 'ਚ ਹੀ ਮਿਲੂਗਾ, ਇਹ ਮੈਂ ਗਰੰਟੀ ਦਿੰਦੀ ਹਾਂ। ਜਿੱਦਾਂ ਤੁਸੀਂ ਵਿਆਹ ਦਾ ਕੱਪੜਾ ਖਰੀਦੋ ਬਾਹਰੋਂ 1,00,000 ਦਾ ਖਰੀਦ ਲੈਂਦੇ ਹੋ, ਆਪਣੇ ਕੋਲ ਉਹ ਕੱਪੜਾ 50,000 ਦਾ ਹੋਜੂਗਾ, ਕਿਉਂਕਿ ਸਾਡੇ ਖੁਦ ਜਿਹੜੇ ਹੈਗੇ ਆਪਣੇ ਰਿਸ਼ਤੇਦਾਰ ਵੀ ਆਪਣੇ ਭੈਣ ਭਾਈ ਕੱਪੜਾ ਖਰੀਦ ਕੇ ਲੈ ਕੇ ਗਏ ਨੇ, ਹਰ ਇੱਕ ਕੋਈ ਕਹਿੰਦਾ ਵੀ ਇੰਨੇ ਦਾ ਬਿੱਲ ਬਣਦਾ, ਤੁਸੀਂ ਇੰਨੇ ਦਾ ਹੀ ਬਣਾਇਆ, ਕਿਉਂਕਿ ਆਪਾਂ ਮਾਰਜਨ ਨੂੰ ਤਾਂ ਹਰ ਇੱਕ ਕੋਈ ਬੈਠਾ ਜੀ, ਹੈ ਨਾ, ਇਹ ਕਹਿੰਦੇ ਵੀ ਆਪਾਂ ਥੋੜ੍ਹਾ ਮਾਰਜਨ ਕੱਢ ਲਓ, ਹਰ ਇੱਕ ਦਾ ਫਾਇਦਾ ਕਰੇ, ਜਿਹੜਾ ਹੈਗਾ ਲੁੱਟਾਂ ਤੋਂ ਬਚੋ, ਸਾਡੇ ਕੋਲ ਆਓ, ਸੋਹਣੇ ਸੋਹਣੇ ਸੂਟ ਲੈ ਕੇ ਜਾਓ। ਚਲੋ ਜੀ ਸਾਰਿਆਂ ਨੂੰ ਜੀ, ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ, ਅਗਰ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਕੇ ਜਾਇਓ ਜੀ। ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ, ਜੈ ਜਵਾਨ ਜੈ ਕਿਸਾਨ, ਸਦਾ ਖੁਸ਼ ਰਹੋ।